ਸੱਚੀ ਗੱਲ ਦੋਸਤੋ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਤੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਮਾਰਕਸ 55% ਤੋਂ ਘੱਟ ਨੇ ਉਹ ਦੁਬਾਰਾ ਐਗਜ਼ਾਮ ਦੇ ਸਕਦੇ ਨੇ ਗ੍ਰੈਜੂਏਸ਼ਨ ਵਿੱਚ ਠੀਕ ਹੈ ਗ੍ਰੈਜੂਏਸ਼ਨ ਵਿੱਚ ਦੁਬਾਰਾ ਐਗਜ਼ਾਮ ਦੇ ਸਕਦੇ ਨੇ ਔਰ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦੇ ਮਾਰਕਸ ਘੱਟ ਨੇ ਉਹ ਉਹਨਾਂ ਦੇ ਨਹੀਂ ਜਿਨ੍ਹਾਂ ਦੇ ਐਨੂਅਲ ਐਗਜ਼ਾਮ ਹੁੰਦਾ ਸੀ ਮਤਲਬ ਪਹਿਲਾ ਸਮੈਸਟਰ ਸਿਸਟਮ ਨਹੀਂ ਹੁੰਦਾ ਸੀ 2014 ਤੋਂ ਪਹਿਲਾਂ ਤੇ ਮਾਰਕਸ ਬੜੇ ਘੱਟ ਆਉਂਦੇ ਸੀ ਕਿਉਂਕਿ ਪੂਰਾ ਸਾਲ ਦਾ ਪੜ੍ਹ ਕੇ ਜਾਣਾ ਪੈਂਦਾ ਸੀ ਹੈਨਾ ਇਕੋਲ ਮਿਲਾ ਕੇ ਨੋਟੀਫਿਕੇਸ਼ਨ ਆ ਗਿਆ ਪੰਜਾਬ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਵਗੈਰਾ ਕੀਤੀ ਹੋਈ 골ਡਨ ਚਾਂਸ ਆ ਗਿਆ ਜੀ ਤੁਹਾਡੇ ਲਈ ਠੀਕ ਹੈ ਵੈਸੇ ਤੇ ਯੂਨੀਅਨ ਕੋਸ਼ਿਸ਼ ਕਰ ਰਹੀ ਹੈ ਕਿ ਨਿਜਮ ਨੂੰ ਤੋੜਾਇਆ ਜਾਵੇ ਹਨ ਲੇਕਿਨ ਤੁਸੀਂ ਆਪਣੇ ਵੱਲੋਂ ਐਫਰਟ ਕਰ ਸਕਦੇ ਹੋ 1 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਤੁਸੀਂ ਐਗਜ਼ਾਮ ਦਾ ਐਪਲੀਕੇਸ਼ਨ ਜਿਹੜੀ ਉਹ ਭਰ ਸਕਦੇ ਹੋ ਠੀਕ ਹੈ ਤੁਸੀਂ ਫਸਟ ਇਅਰ ਦਾ ਐਗਜ਼ਾਮ ਦੇਣਾ ਹੈ ਸੈਕੰਡ ਇਅਰ ਦਾ ਦੇਣਾ ਹੈ ਜਾਂ ਥਰਡ ਇਅਰ ਦੇ ਨੰਬਰ ਵਧਾਉਣੇ ਆ ਠੀਕ ਹੈ ਤੋਂ ਤੁਹਾਡੇ ਉੱਤੇ ਡਿਪੈਂਡ ਕਰਦਾ ਦੋਸਤੋ ਲੇਕਿਨ ਇੰਨੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਕਿ ਅਗਰ 2013 ਔ ਅਗਰ ਤੁਸੀਂ ਐਨੂਅਲ ਐਗਜ਼ਾਮ ਦੇਣਾ ਹੈ ਤਾਂ ਸਿਲੇਬਸ ਤੁਹਾਡੇ ਜ਼ਮਾਨੇ ਚ ਜੋ ਮਰਜ਼ੀ ਰਿਹਾ ਹੋਵੇ ਲੇਕਿਨ 2013 ਔਰ 14 ਤੱਕ ਜੋ ਸਿਲੇਬਸ ਰਿਹਾ ਹੋਗਾ ਗ੍ਰੈਜੂਏਸ਼ਨ ਦੇ ਫਸਟ ইয়ার ਦਾ ਉਹ ਤੁਹਾਨੂੰ ਫੋਲੋ ਕਰਨਾ ਪੈਣਾ ਹੈ ਸੈਕੰਡ ইয়ার ਦਾ ਸਿਲੇਬਸ ਤੁਹਾਨੂੰ ਫੋਲੋ ਕਰਨਾ ਪੈਣਾ 2014 15 ਦਾ ਔਰ ਥਰਡ ইয়ার ਦਾ ਸਿਲੇਬਸ ਫੋਲੋ ਕਰਨਾ ਪੈਣਾ 2015 16 ਦਾ ਜੀ ਠੀਕ ਹੈ ਫੀਸ ਜਿਹੜੀ ਹੈ ਉਹ 7500 ਰੁਪਏ ਰੱਖੀ ਗਈ ਹੈ ਜੀ ਠੀਕ ਹੈ ਅੰਡਰ ਗ੍ਰੈਜੂਏਟ ਵਾਲਿਆਂ ਦੇ ਲਈ ਓਕੇ ਔਰ ਮਤਲਬ ਅਗਰ ਗ੍ਰੈਜੂਏਸ਼ਨ ਦੇ ਇਗਜ਼ਾਮ ਦੇਣੇ ਆ ਸਾਰਿਆਂ ਦੇ ਲਈ ਮੇਰੇ ਖਿਆਲ ਪੈਂਤਸਤ ਸੂ ਹੈ ਲੇਕਿਨ ਹਾਂ ਅਗਰ ਐਸਸੀਐਸਟੀ ਕੈਂਡੀਡੇਟਾਂ ਨੂੰ 50% ਕੰਸੈਸ਼ਨ ਪੀ ਮਤਲਬ 50% ਦੀ ਰਿਆਇਤ ਦਿੱਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ 골ਡਨ ਚਾਂਸ ਇਗਜ਼ਾਮੀਨੇਸ਼ਨ ਵਿਲ ਬੀ ਕੰਡਕਟਡ ਇਨ ਦਾ 3rd ਵੀਕ ਆਫ ਸੈਪਟੈਂਬਰ 2023 ਇਨ ਫਿਜ਼ੀਕਲ ਮੋਡ ਤੇ ਕਹਿਣ ਦਾ ਭਾਵ ਹੈ ਕਿ ਇਹ ਤੁਹਾਨੂੰ ਇਗਜ਼ਾਮ ਜਿਹੜੇ ਆ 3rd ਵੀਕ ਆਫ ਸੈਪਟੈਂਬਰ ਜਨੀ ਸਤੰਬਰ ਦੇ ਤੀਸਰੇ ਹਫਤੇ ਹੀ ਦੇਣੇ ਪੈਣੇ ਆ ਠੀਕ ਹੈ ਔਰ 4 ਸਤੰਬਰ ਤੱਕ ਅਪਲਾਈ ਹੋਣਾ ਹੈ ਔਰ ਤੀਸਰੇ ਹਫਤੇ ਐਗਜ਼ਾਮ ਹੈ ਮਤਲਬ ਬੜੀ ਜਲਦੀ ਤੁਹਾਨੂੰ ਤਿਆਰੀ ਕਰਨੀ ਪੈਣੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਾਰਕਸ 55% ਤੋਂ ਅਪ ਹੋ ਜਾਣ ਕਿਉਂਕਿ ਤੁਸੀਂ ਐਲੀਜੀਬਲ ਨਹੀਂ ਮੰਨੇ ਜਾਣੇ ਹੋ ਬਿਨਾ 55% ਠੀਕ ਹੈ ਇਹਨੂੰ ਕਲੀਅਰ ਕੀਤੇ ਹੋਏ ਤੇ ਠੀਕ ਹੈ ਥੋੜੇ ਪੈਸੇ ਜ਼ਰੂਰ ਲੱਗ ਰਹੇ ਨੇ ਲੇਕਿਨ ਯੂਨੀਅਨ ਦਾ ਅਗਰ ਸਾਥ ਦੇਣਾ ਚਾਹੁੰਦੇ ਹੋ ਯੂਨੀਅਨ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਨਾ ਲੇਕਿਨ ਤੁਸੀਂ ਕੋਸ਼ਿਸ਼ ਕਰੋ ਆਪਣੇ ਵੱਲੋਂ ਵੀ ਇਹ ਸ਼ਰਤ ਨੂੰ ਤੜਵਾਨ ਦੇ ਲਈ ਹੈਨਾ ਲੇਕਿਨ ਬਾਕੀ ਅਗਰ ਤੁਸੀਂ ਇਹ ਰਿਸਕ ਵੀ ਲੈਣਾ ਚਾਹੁੰਦੇ ਹੋ ਐਗਜ਼ਾਮ ਦੇਣਾ ਚਾਹੁੰਦੇ ਤਾਂ ਤੁਸੀਂ ਜ਼ਰੂਰ ਦੇ ਸਕਦੇ ਹੋ ਕਿਉਂਕਿ ਇਹਦੇ ਨਾਲ ਤੁਹਾਡਾ ਵੀ ਭਲਾ ਆ ਠੀਕ ਹੈ ਤੁਸੀਂ ਧਰਨੇ ਤੇ ਤਾਂ ਵੈਸੇ ਹੀ ਨਹੀਂ ਜਾ ਰਹੇ ਸੋ ਉਹ ਬੰਦਾ ਵੀ ਉੱਥੇ ਨਹੀਂ ਪੁੱਜ ਰਿਹਾ ਹੈਨਾ ਤੇ ਅਗਰ ਤੁਸੀਂ ਧਰਨੇ ਤੇ ਪੁੱਛ ਜਉ ਤਾਂ ਕਾਫੀ ਹੱਦ ਤੱਕ ਸਰਕਾਰ ਤੁਹਾਡੀ ਗੱਲ ਸੁਣਨ ਤੇ ਉਤਾਰੂ ਹੋ ਸਕਦੀ ਹੈ ਲੇਕਿਨ ਫਿਲਹਾਲ ਅਗਰ ਤੁਸੀਂ ਧਰਨੇ ਤੇ ਨਹੀਂ ਜਾਣਾ ਆ ਘਰ ਬੈਠੇ ਕੰਮ ਸਾਨੂੰ ਚਾਹੀਦੇ ਤਾਂ ਫਿਰ ਤੁਸੀਂ ਇਹ ਵਾਲਾ ਅਪਣਾ ਸਕਦੇ ਹੋ ਬਾਕੀ ਧੰਨਵਾਦ ਸ਼ੁਕਰੀਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸ਼ੁਕਰੀਆ ਜੀ